ਮੈਂ ਪ੍ਰੋਫੈਸਰ ਰਾਜੇਸ਼, ਡੀਨ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸਿਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਮੈਂ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਇਸ ਕਾਲਜ ਵਿੱਚ ਆ ਕੇ, ਬੱਚਿਆਂ ਦੇ ਆਲਰਾਊਂਡ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ, ਆ ਜਿਹੜੇ ਅਕੈਡਮਿਕਸ ਦੇ ਨਾਲ ਸਪੋਰਟਸ ਦੀ ਜਿਹੜੀ ਬੱਚਿਆਂ ਨੂੰ ਮੌਕਾ ਮਿਲ ਰਿਹਾ, ਆਪਣੇ ਆਪ ਵਿੱਚ ਕਾਬਿਲ ਤਾਰੀਫ ਹੈ। ਉਹ ਵੀ ਇੱਕ ਕਾਬਿਲ ਤਾਰੀਫ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਸਾਡੇ ਯੂਨੀਵਰਸਿਟੀ ਇੱਕ ਇਕੱਲੀ ਯੂਨੀਵਰਸਿਟੀ ਹੈਗੀ ਪੂਰੇ ਮੁਲਕ ਵਿੱਚ, ਪੂਰੇ ਰਾਸ਼ਟਰੀ ਸਤਰ ਦੇ ਉੱਤੇ, ਜਿਹਨੇ ਮਾਕਾ ਟਰੋਫੀ, ਜਿਹਨੂੰ ਸਪੋਰਟਸ ਅਤੇ ਐਥਲੈਟਿਕਸ ਦੇ ਇਵੈਂਟਸ ਵਿੱਚ ਸਭ ਤੋਂ ਉੱਚ ਸਤਰ ਦੀ ਟਰੋਫੀ ਮੰਨੀ ਜਾਂਦੀ ਹੈ, ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਹਰ ਸਾਲ ਉਸ ਟਰੋਫੀ ਨੂੰ ਯੂਨੀਵਰਸਿਟੀ ਦੇ ਪ੍ਰਤੀਭਾਗੀਆਂ ਨੂੰ, ਉਹਨਾਂ ਦੇ ਰਿਪ੍ਰੈਜੈਂਟੇਟਿਵਸ ਨੂੰ ਪ੍ਰਦਾਨ ਕਰਦੇ ਹੈਗੇ। ਸਾਡੀ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਇਹਨਾਂ ਕਾਲਜਿਸ ਦੇ ਸਹਿਯੋਗ ਨਾਲ 25ਵੀਂ ਦਫਾ ਮੈਂ ਕਹਿ ਸਕਦਾ ਹਾਂ ਜਿਹੜੀ ਕਿ ਮਾਕਾ ਟਰੋਫੀ ਸਾਨੂੰ ਇਸ ਦਫਾ ਮਿਲੀ ਹੈਗੀ। ਸੋ ਇਹਦੇ ਵਾਸਤੇ ਯੂਨੀਵਰਸਿਟੀ ਦੀ ਲੀਡਰਸ਼ਿਪ ਬਹੁਤ, ਉਹਨਾਂ ਨੂੰ ਮੁਬਾਰਕਾਂ ਬਹੁਤ। ਯੂਨੀਵਰਸਿਟੀ ਦੇ ਨਾਲ ਜਿਹੜੇ ਸਾਡੇ ਕਾਲਜਿਸ ਹੈਗੇ ਉਹਨਾਂ ਨੂੰ ਮੁਬਾਰਕਾਂ, ਉਹਨਾਂ ਦੇ ਲੀਡਰਸ਼ਿਪ ਨੂੰ ਮੁਬਾਰਕਾਂ। ਇੱਥੇ ਦੇ ਪ੍ਰਿੰਸੀਪਲ ਸਾਹਿਬਾ ਡਾਕਟਰ ਰੀਨਾ ਤਲਵਾਰ, ਜਿਨ੍ਹਾਂ ਦੇ ਨਾਲ ਮੇਰੀ ਪੁਰਾਣੀ ਕਰੀਬ 20 ਸਾਲ ਦੀ ਸਾਂਝ ਹੈਗੀ, ਅਤੇ ਮੈਡਮ ਨੇ ਇੰਨਾ ਵਧੀਆ ਇਵੈਂਟ ਇੱਥੇ ਔਰਗਨਾਈਜ਼ ਕੀਤਾ ਹੈਗਾ। ਮੈਨੂੰ ਪੂਰੀ ਉਮੀਦ ਹੈ ਕਿ ਇਹ ਕਾਲਜ ਮੈਡਮ ਦੀ ਲੀਡਰਸ਼ਿਪ ਦੇ ਤਹਿਤ ਕਾਫੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਅਤੇ ਤਰੱਕੀ ਕਰੇਗਾ, ਅਤੇ ਬੱਚਿਆਂ ਨੂੰ ਕਿੱਥੇ ਔਰ ਦੂਰ ਕਿਸੇ ਦੂਰ ਕਾਲਜ, ਕਿਸੇ ਦੂਰ ਵਿਸ਼ਵ ਵਿਦਿਆਲੇ ਵਿੱਚ ਜਾਣ ਦੀ ਲੋੜ ਨਹੀਂ ਹੈ। ਜਦੋਂ ਇੰਨੀ ਵਧੀਆ ਸਿੱਖਿਆ, ਉਹਦੇ ਨਾਲ ਨਾਲ ਜਿਹੜੇ ਔਰ ਸਾਰੇ ਮੌਕੇ ਮਿਲਣੇ ਹੈਗੇ ਉਹਨਾਂ ਦੇ ਟੈਲੈਂਟ ਨੂੰ ਉਭਾਰਨ ਵਾਸਤੇ ਇੱਥੇ ਦਿੱਤੇ ਜਾ ਰਹੇ ਐਕਚੁਅਲੀ। ਸੋ ਮੈਂ ਇੱਦਾਂ ਦੀ ਉਮੀਦ ਰੱਖਦਾ, ਇੱਥੇ ਦੇ ਮੈਨੇਜਿੰਗ ਕਮੇਟੀ ਦੇ ਮੈਂਬਰਸ, ਚੇਅਰਪਰਸਨਸ ਜਿਹੜੇ ਹੈਗੇ, ਉਹ ਵੀ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਅਤੇ ਮੈਮ ਨੂੰ ਇੱਥੇ, ਮੈਡਮ ਨੂੰ ਆ ਕੇ ਹਲੇ ਥੋੜ੍ਹਾ ਘੱਟ ਹੀ ਸਮੇਂ ਹੋਇਆ, ਪਰ ਮੈਡਮ ਦੀ ਜਿਹੜੀ ਪ੍ਰੈਜੈਂਸ ਹੈ ਉਹ ਪੂਰੇ ਸ਼ਹਿਰ ਵਿੱਚ ਖਬਰ ਬਣ ਰਹੀ ਹੈ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਮੈਮ ਦੇ ਲੀਡਰਸ਼ਿਪ ਦੇ ਤਹਿਤ ਇਹ ਕਾਲਜ ਬਹੁਤ ਉੱਚਾਈਆਂ ਨੂੰ ਟੱਚ ਕਰੇਗਾ। ਅਤੇ ਬਾਕੀ ਜਿਸ ਤਰੀਕੇ ਨਾਲ ਇੱਥੇ ਆਸ ਪਾਸ ਵਿੱਚ ਕਾਲਜਿਸ ਹੈਗੇ, ਉਹਨਾਂ ਤੋਂ ਅੱਗੇ ਔਰ ਉੱਚਾਈ 'ਤੇ ਕਾਲਜ ਜਾਏਗਾ। ਸੋ ਬੈਸਟ ਆਫ ਲੱਕ ਬੱਚਿਆਂ ਨੂੰ, ਪਾਰਟੀਸਪੈਂਟਸ ਨੂੰ, ਅਤੇ ਮੈਡਮ ਨੂੰ, ਅਤੇ ਇੱਥੇ ਦੇ ਕਾਲਜ ਮੈਨੇਜਿੰਗ ਕਮੇਟੀ ਦੇ ਸਾਰੇ ਟੀਮ ਮੈਂਬਰ ਸਾਹਿਬਾਨ ਨੂੰ ਥੈਂਕ ਯੂ ਸੋ ਮਚ। ਬੱਚੇ ਖੇਡਾਂ ਵੱਲ ਘੱਟ ਹੀ ਧਿਆਨ ਦਿੰਦੇ ਨੇ, ਕਾਲਜ ਕਹਿਣਗੇ ਤਾਂ ਫਿਰ ਹੀ ਖੇਡਾਂ ਕਰਾਉਣੇ, ਪਰ ਇਸ ਕਾਲਜ ਵਿੱਚ ਦੇਖਿਆ ਯਾਰ ਬੱਚੇ ਖੇਡਾਂ ਵੱਲ ਬਹੁਤ ਜ਼ਿਆਦਾ ਧਿਆਨ ਦੇ, ਬਹੁਤ ਜ਼ਿਆਦਾ ਪਿਆਰ। ਯੈਸ, ਤੁਹਾਡੇ ਜਿਹੜਾ ਕੰਸਰਨ ਹੈ ਉਹ ਵਾਜਿਬ ਹੈਗਾ, ਪਰ ਮੈਂ ਫਿਰ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਯਕੀਨੀ ਤੌਰ 'ਤੇ ਮੈਂ ਕਹਿ ਸਕਦਾ ਕਿ ਇਹ ਜਿਹੜੀ 25 ਦਫਾ ਸਾਨੂੰ ਮਾਕਾ ਟਰੋਫੀ ਮਿਲੀ ਹੈ, 29 ਦਫਾ 'ਤੇ ਇਹ ਯੂਨੀਵਰਸਿਟੀਜ਼ ਨੂੰ ਮਿਲਣੀ ਸੀਗੀ, 29 ਵਿੱਚੋਂ 25 ਦਫਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਣਾ, ਉਹ ਬਗੈਰ ਜਿਹੜੇ ਸਾਡੇ 150-160 ਕਾਲਜਸ ਹੈਗੇ ਉਹਨਾਂ ਦੇ ਸਹਿਯੋਗ ਦੇ ਬਿਨਾਂ ਇਹ ਸੰਭਵ ਨਹੀਂ ਸੀ ਹੋ ਸਕਦਾ। ਸੋ ਇਹ ਸਾਡੇ ਕੋਲ ਲਾਈਵ ਤਸਵੀਰ ਹੈਗੀ ਕਿ ਇਹ ਬੱਚੇ ਕਰਕੇ ਦਿਖਾ ਰਹੇ, ਪਰਫੋਰਮ ਕਰਕੇ ਦਿਖਾ ਰਹੇ, ਅਤੇ ਸਾਡਾ ਜਿਹੜਾ ਦਾਅਵਾ ਹੈਗਾ ਔਰ ਯਕੀਨ ਵਿੱਚ ਤਬਦੀਲ ਹੋ ਰਿਹਾ ਐਕਚੁਅਲੀ, ਇਜ਼ਨਟ ਇਟ। ਸੋ ਇਹ ਬਗੈਰ ਕਾਲਜ ਦੇ ਬੱਚਿਆਂ ਦੇ, ਬਗੈਰ ਕਾਲਜਸ ਦੇ ਕੁੜੀਆਂ ਦੇ, ਉਹਨਾਂ ਦੇ ਪਾਰਟੀਸਪੇਸ਼ਨ ਦੇ ਬਗੈਰ ਇਹ 25 ਦਫਾ ਜਿਹੜੀ ਮਾਕਾ ਟਰੋਫੀ ਯੂਨੀਵਰਸਿਟੀ ਨੂੰ ਮਿਲੀ ਹੈਗੀ ਇਹ ਕਦੀ ਵੀ ਸੰਭਵ ਨਹੀਂ ਸੀ ਹੋ ਸਕਦਾ। ਸਰ, ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੈਸ, ਬੱਚਿਆਂ ਵਾਸਤੇ ਮੈਸੇਜ ਸਪਸ਼ਟ ਹੈ ਕਿ ਜਿਸ 21ਵੀਂ ਸਦੀ ਵਿੱਚ ਅਸੀਂ ਪਾਰਟੀਸਪੇਟ ਕਰ ਰਹੇ ਹਾਂ, ਰਹਿ ਰਹੇ ਹਾਂ, ਰਾਈਟ, ਇਹ ਜਿਹੜਾ ਦੌਰ ਹੈਗਾ ਇਹ ਬਹੁਤ ਕੰਪੀਟੀਸ਼ਨ ਦਾ ਦੌਰ ਹੈਗਾ, ਵੈਸ਼ਵੀਕਰਨ ਦਾ ਦੌਰ ਹੈਗਾ, ਰਾਈਟ, ਅਪੋਰਚੁਨਿਟੀਜ਼ ਅਪਾਰ ਹੈਗੀਆਂ, ਰਾਈਟ, ਸਾਨੂੰ ਥੋੜ੍ਹਾ ਜਿਹਾ ਹਟ ਕੇ ਸਿਰਫ ਅਕੈਡਮਿਕਸ ਇੱਕ ਰਸਤਾ ਨਹੀਂ ਰਹਿ ਗਿਆ ਹੈਗਾ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦਾ, ਸਪੋਰਟਸ ਇੱਕ ਬਹੁਤ ਵੱਡੀ ਅਪੋਰਚੁਨਿਟੀ 21ਵੀਂ ਸਦੀ ਵਿੱਚ ਲੋਕਾਂ ਵਾਸਤੇ ਲੈ ਕੇ ਆਇਆ, ਅਤੇ ਸਪੈਸ਼ਲੀ ਸਾਡੇ ਮੁਲਕ ਵਾਸਤੇ ਲੈ ਕੇ ਆਇਆ। ਉਹਦਾ ਇੱਕ ਸਪਸ਼ਟ ਰੀਜ਼ਨ ਹੈਗਾ ਕਿ ਜਿਹੜੇ ਇੱਕ ਡਿਵੀਡੈਂਡ, ਵਟ ਕਾਲ ਡੈਮੋਗ੍ਰਾਫਿਕ ਡਿਵੀਡੈਂਡ ਦੀ ਗੱਲ ਹੋ ਰਹੀ ਹੈ, ਉਹ ਸਾਡੇ ਮੁਲਕ ਦੇ ਹੱਕ ਵਿੱਚ ਹੈ। ਕਰੀਬ 65% ਜਿਹੜੀ ਸਾਡੀ ਜਨਸੰਖਿਆ ਹੈਗੀ ਉਹ 35 ਸਾਲਾਂ ਤੋਂ ਘੱਟਦੀ ਹੈਗੀ,
ਰਾਈਟ। ਸੋ 35 ਸਾਲ ਤੋਂ ਘੱਟ ਜਨਸੰਖਿਆ, ਉਹਦੇ ਵਿੱਚ ਸਾਰੇ ਕਾਲਜ ਗੋਇੰਗ ਸਟੂਡੈਂਟਸ, ਯੂਥ, ਸਪੋਰਟਸ ਪਰਸਨ, ਐਥਲੈਟਿਕਸ ਸਾਰੇ ਆਉਂਦੇ ਹੈਗੇ, ਰਾਈਟ। ਸੋ ਇਹ ਸਾਡੇ ਵਾਸਤੇ ਇੱਕ ਬੜਾ ਵੱਡੀ ਅਪੋਰਚੁਨਿਟੀ ਹੈਗੀ ਕਿ ਅਸੀਂ ਆਪਣੀ ਜਿਹੜੀ ਵਿਸ਼ਵ ਸਤਰ ਦੇ ਉੱਤੇ ਸਾਡੀ ਮੌਜੂਦਗੀ ਹੈਗੀ ਉਹਨੂੰ ਅਸੀਂ ਵਧਾ ਸਕੀਏ। ਸੋ ਸੈਂਟਰਲ ਗੌਰਮੈਂਟ, ਸਟੇਟ ਗੌਰਮੈਂਟ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ, ਸਾਰੇ ਅਸੀਂ ਪ੍ਰਯਤਨਰਤ ਹੈਗੇ ਕਿ ਬੱਚਿਆਂ ਨੂੰ ਅੱਗੇ ਤੋਂ ਅੱਗੇ ਵਧਣ ਦਾ ਮੌਕਾ ਮਿਲੇ। ਅਤੇ ਪਿੱਛੇ ਸਾਡੇ ਮੁਲਕ ਦੇ ਜਿਹੜੇ ਯੂਥ ਹੈਗੀ, ਸਪੋਰਟਸ ਪਰਸਨ ਹੈਗੇ, ਉਹਨਾਂ ਨੇ ਭਾਵੇਂ ਓਲੰਪਿਕਸ ਦਾ ਲੈਵਲ ਹੋਵੇ, ਪੈਰਾਓਲੰਪਿਕਸ ਦਾ ਲੈਵਲ ਹੋਵੇ, ਏਸ਼ੀਆਡ ਦਾ ਲੈਵਲ ਹੋਵੇ, ਸਾਊਥ ਏਸ਼ੀਆ ਲੈਵਲ ਦੇ ਉੱਤੇ ਗੇਮਸ ਦਾ ਹੋਵੇ, ਨੈਸ਼ਨਲ ਲੈਵਲ 'ਤੇ ਹੋਵੇ, ਹਰ ਥਾਵਾਂ 'ਤੇ ਉੱਤੇ ਭਾਰਤ ਦਾ ਝੰਡਾ ਉੱਚਾ ਰੱਖਿਆ। ਐਕਚੁਅਲੀ ਅੱਜ ਬਹੁਤ ਹੀ ਖੁਸ਼ੀ ਕੀ ਬਾਤ ਹੈ ਕਿ ਸ਼ਹਿਜ਼ਾਦਾਨੰਦ ਮਹਾਵਿਦਿਆਲਿਆ ਮੇਂ ਐਨੂਅਲ ਸਪੋਰਟਸ ਔਰ ਐਥਲੈਟਿਕ ਮੀਟ ਕਾ ਆਯੋਜਨ ਕੀਆ ਗਿਆ ਹੈ। ਔਰ ਇਸ ਅਵਸਰ ਪਰ ਡਾਕਟਰ ਰਜੇਸ਼ ਕੁਮਾਰ, ਡੀਨ ਆਰਟਸ ਐਂਡ ਸੋਸ਼ਲ ਸਾਇੰਸਿਸ, ਹਮਾਰੇ ਮੱਧੇ ਮੁੱਖ ਅਤਿਥੀ ਕੇ ਰੂਪ ਮੇਂ ਉਪਸਥਿਤ ਹੈ। ਜੈਸੇ ਕਿ ਉਨ੍ਹੋਂਨੇ ਮੇਰੇ ਸੇ ਉਮੀਦ ਕੀ ਕਿ ਸ਼ਹਿਜ਼ਾਦਾਨੰਦ ਮਹਾਵਿਦਿਆਲਿਆ ਜੋ ਹੈ ਵੋ ਮੇਰੀ ਲੀਡਰਸ਼ਿਪ ਮੇਂ ਜੋ ਹੈ ਵੋ ਬਹੁਤ ਤਰੱਕੀ ਕਰੇਗਾ, ਦਿਨ ਦੁਗਨੀ ਰਾਤ ਚੌਗਨੀ ਉਨਤੀ ਕਰੇਗਾ। ਤੋ ਮੈਂ ਇਸ ਬਾਤ ਕੀ ਉਮੀਦ ਦਿਲਾਤੀ ਹੂੰ ਕਿ ਜੋ ਹਮਾਰੀ ਅਧਿਅਕਸ਼ ਸ਼੍ਰੀਮਤੀ ਸੁਸ਼ਮਾ ਮਹਿਰਾ ਹੈ ਔਰ ਮੈਨੇਜਿੰਗ ਕਮੇਟੀ ਕੇ ਸਦੱਸਿਆ ਔਰ ਟੀਚਿੰਗ ਸਟਾਫ, ਉਨ ਸਭ ਕੇ ਸਹਿਯੋਗ ਸੇ ਇਸ ਮਹਾਵਿਦਿਆਲਿਆ ਮੇਂ ਜੋ ਕਿ ਇੱਕ ਕੋਐਡ ਮਹਾਵਿਦਿਆਲਿਆ ਹੈ ਔਰ 1967 ਸੇ ਬਹੁਤ ਪੁਰਾਨਾ ਇੰਸਟੀਟਿਊਸ਼ਨ ਹੈ ਔਰ ਗ੍ਰੀਨ ਐਵੀਨਿਊ ਮੇਂ ਯੇ ਬਿਲਕੁਲ ਮਿਡਲ ਮੇਂ ਸ਼ਹਿਰ ਕੇ ਸਥਿਤ ਹੈ ਔਰ ਯਹਾਂ ਪਰ ਆਨੇ ਵਾਲੇ ਸਮੇਂ ਮੇਂ ਹਮ ਇਸਕੋ ਐਕੇਡੈਮਿਕਸ ਮੇਂ, ਸਪੋਰਟਸ ਮੇਂ, ਕੋ ਕਰਿਕੁਲਰ ਮੇਂ ਬਹੁਤ ਆਗੇ ਲੇਕਰ ਜਾਏਂਗੇ। ਤੋ ਇਸ ਤਰ੍ਹਾਂ ਸੇ ਮੈਂ ਬਤਾਨਾ ਚਾਹਤੀ ਹੂੰ ਕਿ ਸ਼ਹਿਰ ਕਾ ਯੇ ਜੋ ਮਹਾਵਿਦਿਆਲਿਆ ਹੈ ਇਸਕਾ ਫੀਸ ਸਟ੍ਰਕਚਰ ਇਤਨਾ ਕਮ ਹੈ, ਇਤਨਾ ਕਮ ਫੀਸ ਸਟ੍ਰਕਚਰ ਮੇਂ ਕਿਸੀ ਵੀ ਕਾਲਜ ਮੇਂ ਨਹੀਂ ਹੈ, ਕਿਉਂਕਿ ਹਮ ਯਹਾਂ ਪੇ ਉਨ ਬੱਚੋਂ ਕੋ ਕੈਟਰ ਕਰ ਰਹੇ ਹੈ ਜੋ ਕਿ ਪੂਅਰ ਮਿਡਲ ਕਲਾਸ ਫੈਮਿਲੀਜ਼ ਮੇਂ ਸੇ ਆਤੇ ਹੈ। ਔਰ ਸਪੋਰਟਸ ਕੇ ਲੀਏ ਵੀ ਹਮਾਰੀ ਵਾਲੀਬਾਲ ਕੀ ਟੀਮ, ਬੈਡਮਿੰਟਨ ਕੀ ਟੀਮ, ਰੈਸਲਿੰਗ ਕੀ ਟੀਮ ਜੋ ਹੈ ਵੋ ਇੰਟਰ ਕਾਲਜ ਮੇਂ ਬਹੁਤ ਪੋਜੀਸ਼ਨਸ ਲੇਕਰ ਆ ਰਹੀ ਹੈ। ਔਰ ਕੋ ਕਰਿਕੁਲਰ ਮੇਂ ਵੀ ਯੂਥ ਫੈਸਟੀਵਲ ਮੇਂ ਬੱਚੋਂ ਕੀ ਟਰੋਫੀਜ਼ ਆਤੀ ਹੈ ਔਰ ਹਮਾਰਾ ਮਕਸਦ ਯੇ ਹੈ ਕਿ ਬੱਚੋਂ ਕੀ ਆਲਰਾਊਂਡ ਡਿਵੈਲਪਮੈਂਟ ਹੋ ਔਰ ਵੋ ਸਕਿੱਲ ਡਿਵੈਲਪਮੈਂਟ ਪੇ ਵੀ ਬਹੁਤ ਸੇ ਕੋਰਸਿਸ ਹੈ ਜੋ ਹਮਨੇ ਸ਼ੁਰੂ ਕੀਏ ਹੈ ਇਸ ਸੈਸ਼ਨ ਸੇ ਔਰ ਮੈਂ ਯੇ ਉਮੀਦ ਕਰਤੀ ਹੂੰ ਕਿ ਕਾਲਜ ਜੋ ਹੈ ਵੋ ਦਿਨ ਦੁਗਨੀ ਰਾਤ ਚੌਗਨੀ ਉਨਤੀ ਕਰੇ। ਆਜ ਕਾ ਕਿਆ ਪ੍ਰੋਗਰਾਮ ਖਾਸ ਖਾਸ ਹੈ? ਆਜ ਪ੍ਰੋਗਰਾਮ ਮੇਂ ਹਮਨੇ ਦੋ ਦਿਨ ਸੇ ਯੇ ਪ੍ਰੋਗਰਾਮ ਚੱਲ ਰਹਾ ਹੈ, ਜੈਸੇ ਹਮਾਰਾ ਵਾਲੀਬਾਲ ਕਾ ਮੈਚ, ਬਾਸਕਟਬਾਲ, ਹਮਾਰੇ ਪਾਸ ਗਰਾਊਂਡ ਹੈ, ਆਨੇ ਵਾਲੇ ਸਮੇਂ ਪਰ ਹਮ ਯਹਾਂ ਪਰ ਕ੍ਰਿਕਟ ਕਾ ਔਰ ਬੈਡਮਿੰਟਨ ਕੇ ਲੀਏ ਔਰ ਬਾਸਕਟਬਾਲ ਔਰ ਵਾਲੀਬਾਲ ਕੇ ਲੀਏ ਸੁਬਹੇ ਔਰ ਸ਼ਾਮ ਕੀ ਕੋਚਿੰਗ ਵੀ ਸ਼ੁਰੂ ਕਰਨੇ ਵਾਲੇ ਹੈ। ਸ਼ਾਇਦ ਯੇ 1 ਅਪ੍ਰੈਲ ਸੇ ਸ਼ੁਰੂ ਹੋ ਜਾਏਗੀ ਔਰ ਸਭੀ ਬੱਚੋਂ ਕੇ ਲੀਏ ਜੋ ਸ਼ਹਿਰ ਕੇ ਬੱਚੇ ਹੈ, ਮੈਂ ਉਨਕੇ ਪੇਰੈਂਟਸ ਕੋ ਯੇ ਕਹਿਤੀ ਹੂੰ ਕਿ ਵੋ ਬੱਚੋਂ ਕੋ ਖੇਲੋ ਕੀ ਤਰਫ ਇਨਕਰੇਜ ਕਰੇ ਤਾਂ ਕਿ ਬੱਚੇ ਜੋ ਹੈ ਵੋ ਮੋਬਾਈਲ ਔਰ ਸੋਸ਼ਲ ਮੀਡੀਆ ਸੇ ਥੋੜ੍ਹਾ ਸਾ ਦੂਰ ਹੋ ਜਾਏ, ਨਸ਼ੇ ਸੇ ਬੱਚੇ ਦੂਰ ਹੋ ਜਾਏ। ਜੈਸੇ ਹਮਾਰੇ ਜੋ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ, ਉਹਨੇ ਵੀ ਖੇਲੋ ਇੰਡੀਆ ਕੀ ਜੋ ਸ਼ੁਰੂਆਤ ਕੀ ਹੈ, ਖੇਡਾਂ ਵਤਨ ਪੰਜਾਬ ਦੀਆਂ, ਤਾਂ ਉਸਮੇ ਵੀ ਬਹੁਤ ਸੇ ਬੱਚੇ ਪਾਰਟੀਸਪੇਟ ਕਰ ਰਹੇ ਹੈ, ਯੇ ਉਨਕਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਸ਼ਹਿਜ਼ਾਦਾਨੰਦ ਕਾਲਜ ਵੀ ਹਮੇਸ਼ਾ ਹੀ ਖੇਲੋ ਮੇਂ ਆਗੇ ਰਹਾ ਹੈ ਔਰ ਆਗੇ ਰਹੇਗਾ।